ਨੇ ਬਦਲਾ, ਹਾਲਾਤ ਬਦਲਦੇ ਰਹਿੰਦੇ, ਕਹਿੰਦੇ ਬੰਦੇ ਨੂੰ ਨੀ ਬਦਲਣਾ ਚਾਹੀਦਾ। ਹੁਣ ਰੂਪ ਰੰਗ ਰੇਖਾ ਚੇਂਜ ਹੋ ਜਾਂਦੀ ਆ, ਪਰ ਅੰਦਰੋਂ ਦੀ ਡੀ ਹੋਣੀ ਜਿੱਦਾਂ ਦੇ ਪਹਿਲਾਂ ਸੀ ਉਦਾਂ ਦੇ ਹੀ ਹੋਣ। ਪਰ ਜਦੋਂ ਦਾ ਮੈਂ ਆਪਣੇ ਇਲਾਕੇ ਨੂੰ, ਆਪਣੀ ਬੋਲੀ ਨੂੰ, ਆਪਣੇ ਲੋਕਾਂ ਨੂੰ ਰਿਪ੍ਰੈਜੈਂਟ ਕੀਤਾ ਨਾ, ਵੀ ਮੱਝ ਵਾਲਾ ਭਾਊ ਜਦੋਂ ਤੋਂ ਮੇਰੇ ਨਾਮ ਦੇ ਨਾਲ ਲੱਗਿਆ, ਉਦੋਂ ਤੋਂ ਮੇਰੀ ਲਾਈਫ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬੈਟਰ ਹੋਈ ਹੈ, ਬਹੁਤ ਜ਼ਿਆਦਾ। ਲੋਕਾਂ ਨੇ ਮਤਲਬ ਬਾਂਹ ਫੜ ਕੇ ਪਿੱਛੋਂ ਚੱਕ ਕੇ ਅੱਗੇ ਲਿਆ ਕੇ ਖੜਾ ਕਰਤਾ, ਮਤਲਬ ਉਹ ਚੀਜ਼ ਦਾ ਮਤਲਬ ਵਧੀਆ ਸਵਾਦ ਆਉਂਦਾ। ਭਾਊ ਭਾਊ ਕਹਿ ਕੇ ਬੁਲਾਉਂਦੇ ਨਾ ਜਦੋਂ ਲੋਕੀ, ਸੀਨਾ ਚੌੜਾ ਹੋ ਜਾਂਦਾ। ਕਿੰਨੇ ਕੁ ਮੈਸੇਜ ਆ ਰਹੇ ਆ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਓਬਵੀਅਸਲੀ ਚੇਂਜ ਬੜਾ ਆਇਆ, ਲੋਕਾਂ ਨੇ ਬਾਂਹ ਫੜ ਕੇ ਜਿਹੜਾ ਤੁਹਾਨੂੰ ਹੈ ਨਾ ਅੱਗੇ ਲੈ ਕੇ ਆਏ ਨੇ, ਸੋ ਕਿੰਨੇ ਕੁ ਮੈਸੇਜ ਆ ਜਾਂਦੇ ਆ, ਕਿੰਨੇ ਕੁ ਲੋਕੀ ਕਹਿੰਦੇ ਆ ਕਿ ਭਾਊ ਸਾਡਾ ਭਾਊ ਜਿਹੜਾ ਹੈ ਨਾ ਹੋਰ ਗਾਣੇ ਬਣਾਏ, ਮਾਝੇ ਵਾਲੇ ਨਾਲ ਸਾਨੂੰ ਹੋਰ ਪ੍ਰਮੋਟ ਕਰੇ, ਤੁਹਾਡੀ ਗੱਲਾਂ ਤੋਂ ਲੋਕੀ ਬੜੇ ਪ੍ਰਭਾਵਿਤ ਹੁੰਦੇ ਆ। ਬਹੁਤ ਮੈਨੂੰ ਵੀ ਨਹੀਂ ਆਹ ਚੀਜ਼ ਪਤਾ ਸੀ। ਹੁਣ ਆਪਾਂ ਤਾਂ ਜਿੱਦਾਂ ਨੈਚੁਰਲੀ ਨੋਰਮਲ ਲਾਈਫ ਦੇ ਵਿੱਚ, ਜਿੱਦਾਂ ਤੁਹਾਨੂੰ ਪਤਾ ਹੋਊ ਆਪਾਂ ਜਦੋਂ ਇੰਟਰਵਿਊਜ਼ ਦੇ ਵਿੱਚ ਮਿਲੇ ਪਿਛਲੀ ਵਾਰ, ਜਿੱਦਾਂ ਦੇ ਨੋਰਮਲ ਲਾਈਫ 'ਚ ਆਪਾਂ ਹੈਗੇ ਹਾਂ, ਆਪਾਂ ਸ਼ੁਰੂ ਤੋਂ ਹੀ ਇੱਦਾਂ ਦੇ ਹਾਂ। ਪਰ ਇਹ ਮਤਲਬ ਰੱਬੀ ਸਵੱਬੀ ਹੁੰਦਾ ਵੀ ਲੋਕਾਂ ਨੂੰ ਆ ਗੱਲਬਾਤ ਕਰਨ ਦਾ ਤਰੀਕਾ ਪਸੰਦ ਆ ਗਿਆ। ਤੁਹਾਨੂੰ ਮਾਝੇ ਵਾਲੀ ਗੱਲ ਤੋਂ ਮੈਂ ਦੱਸਦਾ ਵੀ ਗਿੱਪੀ ਵੀਰੇ ਦੀ ਨਾ ਕੈਰੀ ਔਨ ਜੱਟਾ ਦੀ ਪ੍ਰਮੋਸ਼ਨ ਸੀਗੀ, ਅਤੇ ਉਹਨਾਂ ਨੇ ਮਤਲਬ ਟ੍ਰਿਲੀਅਮ ਮਾਲ 'ਚ ਰੱਖੀ ਅੰਮ੍ਰਿਤਸਰ, ਕੈਰੀ ਔਨ ਜੱਟਾ ਜਿਹੜੀ ਹੁਣ ਆਈ ਸੀ ਲਾਸਟ, ਅਤੇ ਗਿੱਪੀ ਵੀਰੇ ਹੋਣਾ ਦੀ ਉਹ ਪ੍ਰਮੋਸ਼ਨ ਦੇ ਉੱਤੇ ਬੁਲਾਇਆ ਸੀ, ਅਤੇ ਉੱਥੇ ਜਦੋਂ ਮੈਂ ਸਟੇਜ 'ਤੇ ਚੜ੍ਹਨ ਲੱਗਾ, ਮੈਨੂੰ ਤਾਂ ਉਮੀਦ ਵੀ ਨਹੀਂ ਸੀ। ਮੈਂ ਕਿਹਾ ਵੀ ਆਪਾਂ ਕਿਹੜਾ ਬਹੁਤ ਘੈਂਟ ਸਿੰਗਰ ਹਾਂ, ਆਪਣੇ ਨਾਂ ਕਿਹੜਾ ਬਹੁਤ ਗਾਣੇ ਚੱਲੇ ਆ, ਮੈਨੂੰ ਤਾਂ ਪਤਾ ਆਪਾਂ ਕੋਈ ਡਿਸਟਾਰ ਨਹੀਂ। ਪਰ ਜਦੋਂ ਮੈਂ ਸਟੇਜ 'ਤੇ ਚੜ੍ਹਨ ਲੱਗਾ ਸੀ, ਉਦੋਂ ਜਦੋਂ ਲੋਕਾਂ ਨੇ ਆਵਾਜ਼ ਮਾਰੀ ਨਾ, ਸਾਡਾ ਭਾਊ ਆ ਗਿਆ, ਬੱਲੇ ਜੱਟਾ ਮਝੇਲਾ ਮਝੇਲ ਆ ਗਿਆ ਸਾਡਾ, ਮੈਨੂੰ ਪੌੜੀਆਂ 'ਤੇ ਪੈਰ ਰੱਖਣ ਤੋਂ ਪਹਿਲਾਂ ਇੱਕ ਵਾਈਬ ਆ ਗਈ। ਮੈਂ ਕਿਹਾ ਨਹੀਂ ਯਾਰ, ਜੇ ਮੈਂ ਲੋਕਾਂ ਦਾ ਨਾ, ਤਾਂ ਲੋਕ ਵੀ ਮੇਰੇ ਆ। ਬਿਲਕੁਲ, ਅਤੇ ਤੁਸੀਂ ਕਿਹਾ ਕਿ ਮੈਨੂੰ ਇੱਦਾਂ ਪਤਾ ਕਿ ਆਪਾਂ ਕਿਹੜੇ ਮਤਲਬ ਏਡੇ ਵੱਡੇ ਸਟਾਰ ਹੈ ਨਾ, ਇਹ ਗੱਲਾਂ ਬਹੁਤ ਘੱਟ ਲੋਕ ਕਹਿੰਦੇ ਹੁੰਦੇ ਆ, ਬਹੁਤ ਘੱਟ ਲੋਕ ਇਸ ਚੀਜ਼ ਨੂੰ ਐਕਸੈਪਟ ਕਰਦੇ ਜਾਂ ਫਿਰ ਆਪਣੇ ਬਾਰੇ ਸੋਚਦੇ ਹੁੰਦੇ ਆ, ਹੈ ਨਾ। ਦੋ, ਮੈਨੂੰ ਪਤਾ ਤੁਸੀਂ ਬਹੁਤ ਕੌਨਫੀਡੈਂਟ ਹੋ, ਤੁਸੀਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ, ਤੁਹਾਨੂੰ ਬਹੁਤ ਸਾਲਾਂ ਤੋਂ ਆਪਾਂ ਜਾਣਦੇ ਹਾਂ ਇੱਕ ਦੂਜੇ ਨੂੰ, ਬਟ ਇਹ ਜਿਹੜੀ ਚੀਜ਼ ਤੁਸੀਂ ਆਪਣੇ ਅੰਦਰ ਆ ਆਪਣੇ ਲਈ ਸੋਚਦੇ ਹੋ ਕਿ ਆਪਾਂ ਕਿਹੜੇ ਅੱਜ ਬਹੁਤ ਵੱਡੇ ਸਟਾਰ ਹਾਂ, ਇਹ ਕਿਉਂ ਹੈ ਅੱਜ ਤੱਕ? ਕਿਉਂਕਿ ਇੰਨਾ ਤੁਸੀਂ ਕੰਮ ਕੀਤਾ, ਤੁਹਾਡੇ ਕੰਮ ਨੂੰ ਲੋਕਾਂ ਨੇ ਐਜ਼ ਅ ਮਿਊਜ਼ਿਕ, ਤੁਹਾਡਾ ਜਦੋਂ ਤੁਸੀਂ ਮਿਊਜ਼ਿਕ ਕਰਦੇ ਹੋ ਉਹ ਵੀ ਲੋਕਾਂ ਨੇ ਬਹੁਤ ਸੁਣਿਆ, ਤੁਹਾਡੇ ਗਾਣੇ ਵੀ ਸੁਣੇ ਆ, ਫਿਰ ਵੀ ਇਹ ਚੀਜ਼ ਕਿਉਂ? ਇਹ ਬਸ ਵੈਸੇ ਹੀ ਮੈਂ ਚਾਹੁੰਦਾ ਵੀ ਜਿੱਦਾਂ ਦੇ ਅਸੀਂ ਜੈਨੂਅਨ ਨੋਰਮਲ ਜੇ ਹੈਗੇ ਹਾਂ ਦਿਲ ਤੋਂ, ਉਵੇਂ ਰਹੀਏ। ਬੜੀ ਫੀਲਿੰਗ ਇਹਦੇ ਵਿੱਚ ਨਹੀਂ ਉੱਡਣਾ ਚਾਹੁੰਦਾ ਵੀ ਆਪਾਂ ਆਪਣੀ ਵਾਲੀ ਵਾਈਬ ਦੇ ਵਿੱਚ ਘੈਂਟ ਹਾਂ, ਵੀ ਮਤਲਬ ਲੋਕਾਂ ਨੇ ਘੈਂਟ ਕਹਿਣਾ, ਜਦੋਂ ਲੋਕਾਂ ਨੇ ਕਹਿਣਾ ਹੀ ਆ, ਤੁਸੀਂ ਆਪਣੇ ਆਪ ਦੇ ਵਿੱਚ ਆਪਣੀ ਵਾਈਬ 'ਚ ਨੋਰਮਲ ਰਹੋ, ਤਾਂ ਕਿ ਜਦੋਂ ਤੁਸੀਂ ਆਪਣੇ ਦੋਸਤਾਂ ਨਾਲ, ਆਪਣੇ ਭਾਈਚਾਰੇ ਨਾਲ, ਆਪਣੇ ਲੋਕਾਂ ਨਾਲ ਵਿਚਰ ਸਕੋ। ਜੇ ਤੁਸੀਂ ਆਪਣੇ ਆਪ ਨੂੰ ਸਟਾਰ ਵਾਈਬ ਸਟਾਰ ਫੀਲਿੰਗ ਰੱਖੋਗੇ, ਨੋਰਮਲ ਲੋਕ ਦੇ ਵਿੱਚ ਤੁਸੀਂ ਵਿਚਰ ਨਹੀਂ ਸਕਦੇ, ਤੁਸੀਂ ਲੋਕਾਂ ਦੇ ਵਿੱਚ ਤੁਹਾਨੂੰ ਨਾ ਔਡ ਜਾਂ ਏਲੀਅਨ ਟਾਈਪ ਦੇਖਣਗੇ ਲੋਕ, ਤੁਸੀਂ ਮਤਲਬ ਨੋਰਮਲ ਰਹੋ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।